ਰਹੇ ਉਹਦੇ ਨਾਲ ਪੁੱਤਰ ਕੋਈ ਮੱਥਾ ਨਹੀਂ ਜਲਾ ਸਕਦਾ ਬੜਾ ਜ਼ੋਰਾਂ ਵਾਲਾ ਰੱਬ ਹੈ ਹਜ਼ਰਤ ਆਓ ਯਾਰ ਮੱਥਾ ਨਾ ਲਾਈਏ ਲਿਫਟ ਜਾਈਏ ਲਿਫਟ ਤੁਸੀਂ ਕਹੋਗੇ ਮਿਸਬਾਈ ਸਾਹਿਬ ਚੰਗਾ ਤੁਸੀਂ ਫੈਸਲਾਬਾਦ ਆਏ ਹੋ ਸਾਡੇ ਤੇ ਇਲਜ਼ਾਮ ਲਾ ਚੱਲੇ ਹੋ ਹੀ ਰੱਬ ਨਾਲ ਮੱਥਾ ਲਾਇਆ ਕਿਉਂ ਮੱਥਾ ਲਾਇਆ ਬਾਅਦ 'ਚ ਜੇ ਤੁਸੀਂ ਕਹਿਣਾ ਜਾ ਕੇ ਤਾਂ ਮੈਂ ਹੁਣੀ ਤੁਹਾਨੂੰ ਕਹਿ ਦਿੰਦਾ ਮੈਨੂੰ ਮੇਰੇ ਤੱਕ ਹਜ਼ਰਤ ਸਾਹਿਬ ਗੱਲਾਂ ਆਉਂਦੀਆਂ ਨੇ ਮੈਂ ਜੇ ਇੱਕ ਇਲਾਕੇ 'ਚ ਗਿਆ ਲੋਕਾਂ ਨੇ ਕਿਹਾ ਜੀ ਚੰਗੇ ਮੌਲੀ ਸਾਹਿਬ ਆਏ ਨੇ ਸਾਡੇ ਤੇ ਜਾਂਦੇ ਇਲਜ਼ਾਮ ਲਾ ਕੇ ਨਹੀਂ ਇਹਨਾਂ ਨੇ ਰੱਬ ਨਾਲ ਮੱਥਾ ਲਾਇਆ ਅਸੀਂ ਕਿਉਂ ਮੱਥਾ ਲਾਇਆ ਮੱਥਾ ਹੀ ਲਾਇਆ ਪੁੱਤਰ ਜਦੋਂ ਅਸੀਂ ਅਜ਼ਾਨ ਸੁਣ ਕੇ ਮਸਜਿਦ 'ਚ ਨਹੀਂ ਨਾ ਆਉਂਦੇ ਤੇ ਇਹਨੇ ਮੱਥਾ ਕਹਿੰਦੇ ਨੇ ਹੋਰ ਮੱਥਾ ਕਿਹਨੂੰ ਕਹਿੰਦੇ ਉਹਦੇ ਮੱਥਾ ਹੀ ਲਾਇਆ ਨਹੀਂ ਆਉਣਾ ਉਹ ਕਹਿੰਦਾ ਹਈ ਆਲ ਸਲਾਹ ਇਹ ਕਹਿੰਦੇ ਨਹੀਂ ਆਉਣਾ ਹੋਰ ਮੱਥਾ ਕਿਹਨੂੰ ਕਹਿੰਦੇ ਉਹਦੇ ਉਹ ਕਹਿੰਦਾ ਹਈ ਆਲ ਅਲ ਫਲਾਹ ਨਹੀਂ ਆਉਣਾ ਹੈ ਹੋਰ ਮੱਥਾ ਕਿਹਨੂੰ ਕਹਿੰਦੇ ਹੋ ਫਜਰ ਕਹਿੰਦਾ ਅਸਲਾਤੁ ਖੈਰੁਮ ਮਿਨਨ ਨੌਮ ਨਮਾਜ਼ ਨੀਂਦ ਤੋਂ ਬਿਹਤਰ ਹੈ ਨਹੀਂ ਆਉਣਾ ਹੈ ਹੋਰ ਮੱਥਾ ਕਿਹਨੂੰ ਕਹਿੰਦੇ ਹੋ ਉਹ ਕਹਿੰਦਾ ਦਾੜੀ ਰੱਖੋ ਨਹੀਂ ਰੱਖਦੇ ਹੈ ਹੋਰ ਮੱਥਾ ਕਿਹਨੂੰ ਕਹਿੰਦੇ ਉਹ ਕਹਿੰਦਾ ਸਿਰ ਢੱਕ ਕੇ ਰੱਖੋ ਨਹੀਂ ਰੱਖਦੇ ਹੈ ਹੋਰ ਮੱਥਾ ਕਿਹਨੂੰ ਕਹਿੰਦੇ ਉਹ ਕਹਿੰਦਾ ਝੂਠ ਨਾ ਬੋਲੋ ਅਸੀਂ ਦਬਾ ਕੇ ਬੋਲਨੇ ਆ ਹੋਰ ਮੱਥਾ ਕਿਹਨੂੰ ਕਹਿੰਦੇ ਬਾਬੂ ਫਰਮਾਉਂਦੇ ਨੇ ਮਨ ਗਸ਼ਾ ਫਲਈ ਸਮਿੰਨਾ ਜਿਹਨੇ ਧੋਖਾ ਦਿੱਤਾ ਸਾਡੇ ਚ ਨਹੀਂ ਦਬਾ ਕੇ ਦਿੰਦੇ ਆ ਹੋਰ ਮੱਥਾ ਕਿਹਨੂੰ ਕਹਿੰਦੇ ਆਓ ਯਾਰ ਮੈਂ ਵੀ ਸਾਰੇ ਪਾਈਏ ਮੱਥਾ ਨਾ ਲਾਈਏ ਹੈ ਯਾਰੀ ਲਾ ਲਈਏ ਹੈ ਯਾਰੀ ਲਾ ਲਈ ਹਮਾਰੀ ਬੇਵਫਾਈ ਪਰ ਵੀ ਉਹ ਇਤਨਾ ਪਿਆਰ ਕਰਤੇ ਹੈ ਅਗਰ ਹਮ ਬਾ ਵਫਾ ਹੋਤੇ ਤੋ ਕਿਆ ਹੋਤੇ ਹੈ ਤੇ ਜਵਾਬ ਆਇਆ ਨਾਲ ਹੀ ਗੱਲ ਖਤਮ ਜੀ ਜਵਾਬ ਕੀ ਆਇਆ ਹੋਏ ਬੰਦਿਆ ਦਿਲ ਤੋ ਕਿਆ ਚੀਜ਼ ਹੈ ਹਮ ਰੂਹ ਮੇ ਉਤਰੇ ਹੋਤੇ ਦਿਲ ਤੋ ਕਿਆ ਚੀਜ਼ ਹੈ ਹਮ ਰੂਹ ਮੇ ਉਤਰੇ ਹੋਤੇ ਤੂਨੇ ਚਾਹਾ ਹੀ ਨਹੀਂ ਚਾਹਨੇ ਵਾਲੋਂ ਕੀ ਤਰ੍ਹਾਂ ਹੈ ਬਾਕੀ ਹਜ਼ਰਤ ਜੀ ਵਕਤ 'ਤੇ ਜਾਂਦਾ ਪਿਆ ਜੈਸੇ ਹਜ਼ਰਤ ਬਤਾ ਰਹੇ ਥੇ ਆਏ ਤੋ ਹਮ ਇਨਕੇ ਵਾਲਦ ਸਾਹਿਬ ਕੇ ਸੇ ਭਾਈ ਬਤਾ ਰਹੇ ਥੇ ਕਿ ਕੱਲ੍ਹ ਹਮ ਸ਼ੀਰਾ ਪ੍ਰੋਗਰਾਮ ਮੇ ਸ਼ਿਰਕਤ ਕੇ ਲੀਏ ਤਸ਼ਰੀਫ ਲਾਈ ਕੱਲ੍ਹ ਉਨਕਾ ਵੀ ਇੰਤਕਾਲ ਹੋ ਗਿਆ ਐਸੇ ਤਰ੍ਹਾਂ ਹੀ ਐਸੇ ਤਰ੍ਹਾਂ ਐਸੇ ਲਈ ਤਾਂ ਮੀਆਂ ਸਾਹਿਬ ਕਹਿੰਦੇ ਨੇ ਉਜ਼ਰ ਬਹਾਨਾ ਚੱਲਦਾ ਨਾ ਮੈਂ ਕਾਕੇ ਮੈਂ ਹਜ਼ਰਤ ਜੀ ਆਪਣੀ ਵਾਲਦਾ ਦੀ ਸ਼ਾਦੀ ਤੋਂ 17 ਸਾਲ ਬਾਅਦ ਕਿਬਲਾ ਸਾਹਿਬ 17 ਸਾਲ ਬਾਅਦ ਮੈਂ ਪੈਦਾ ਹੋਇਆ 21-22 ਸਾਲ ਮੇਰੀ ਵਾਲਦਾ ਨੇ ਮੈਨੂੰ ਪਾਲਿਆ ਮੈਂ 21-22 ਸਾਲ ਦਾ ਹਾਂ ਵਾਲਦਾ ਸਾਹਿਬ ਆਪ ਹੀ ਫੌਤ ਹੋ ਗਏ ਅਗਰ ਬੰਦੇ ਕੋ ਥੋੜ੍ਹਾ ਸਾ ਵੀ ਇਖਤਿਆਰ ਹੋਤਾ ਨਾ ਤੋ ਜ਼ਰੂਰ ਅੱਲਾਹ ਕੀ ਬਾਰਗਾਹ ਮੇਂ ਅਰਜ਼ ਕਰਤੀ ਰੱਬਾ ਜਿਹਨੂੰ 17 ਸਾਲ ਮੰਗਿਆ ਜਿਹਨੂੰ 22 ਸਾਲ ਪਾਲਿਆ ਕੁਝ ਤੇ ਵੇਖਣ ਦੇ ਉਹਦਾ 17 ਸਾਲ ਸਿਰਫ ਮੰਗਿਆ 22 ਸਾਲ 21 ਸਾਲ ਪਾਲਿਆ ਮਾਲਕ ਕੋਈ ਤੇ ਵੇਖਣ ਦੇ ਵਿਆਹ ਹੀ ਵੇਖ ਲੈਂਦੇ ਕੋਈ ਇੱਕ ਅੱਧਾ ਉਜਾਣਾ ਹੀ ਵੇਖ ਲੈਂਦੇ ਲੇਕਿਨ ਮੀਆਂ ਸਾਹਿਬ ਕੀ ਕਹਿੰਦੇ ਨੇ ਉਜ਼ਰ ਬਹਾਨਾ ਚੱਲਦਾ ਨਹੀਂ ਜੋ ਆਖੇ ਸੋ ਕਰੀਏ ਡੀਗਰ ਨੂੰ ਜੇ ਢਹਿਣਾ ਹੋਵੇ ਕਾਹਨੂੰ ਘੁੱਲ ਘੁੱਲ ਮਰੀਏ ਅਦਰ ਜੀ ਢਹਿਣਾ ਪੁੱਤਰ ਸਾਰਿਆਂ ਨੇ ਢਹਿਣਾ ਔਰ ਇਹ ਵੀ ਨਹੀਂ ਪਤਾ ਕਿਹੜੇ ਵੇਲੇ ਢਾ ਲੈਣ ਉਹਨਾਂ ਨੇ ਫੜ ਕੇ ਆਓ ਯਾਰ ਅੱਜ ਢਹਿ ਜਾਈਏ ਆਪਣੀਆਂ ਨਮਾਜ਼ਾਂ ਪੂਰੀਆਂ ਕਰੀਏ ਕੁਰਾਨ ਖੋਲੀਏ ਜ਼ਿਕਰ ਕਰੀਏ ਦਰੂਦ ਪੜ੍ਹੀਏ ਆਪਣੇ ਵਾਲਿਦੈਨ ਦੀ ਖਿਦਮਤ ਕਰੀਏ ਹੈ ਇਨਸ਼ਾਅੱਲਾ ਪੜ੍ਹੇਂਗੇ ਨਾ ਜੀ ਸਾਰੇ ਕਾਕੇ ਨਮਾਜ਼ ਜ਼ਿਕਰ ਕਰੇਂਗੇ ਨਾ ਸਾਰੇ ਜੀ ਦਰੂਸ਼ ਵੀ ਪੜ੍ਹੇਂਗੇ ਨਾ ਸਾਰੇ ਇਮਾਮ ਫਖਰੁਦੀਨ ਰਾਜ਼ੀ ਇਮਾਮ ਫਖਰੁਦੀਨ ਭਾਜੀ 2022 ਦੇ ਸਾਰੇ ਮੌਲਵੀ ਵੀ ਰਲ ਜਾਈਏ ਫਿਰ ਵੀ ਇਮਾਮ ਫਖਰੁਦੀਨ ਰਾਜ਼ੀ ਕੋ ਹਮ ਨਹੀਂ ਪਹੁੰਚ ਸਕਦੇ ਮੁਫਤੀ ਜਿਤਨੇ ਸਾਰੇ ਮਿਲ ਜਾਏ ਸਾਰੇ ਹਜ਼ਰਤ ਇਮਾਮ ਫਖਰੁਦੀਨ ਰਾਜ਼ੀ ਮੁਰੀਦ ਹਜ਼ਰਤ ਖਾਜਾ ਨਜਮੁਦੀਨ ਕੁਬਰਾ ਰਹਿਮਤੁਲਾਹ ਤਾਲਾ ਲੈ ਕੇ ਮੁਨਾਜ਼ਰ ਸੇ ਬਹੁਤ ਬੜੇ ਹਜ਼ਰਤ ਈਸਾਈਓ ਸੇ ਮੁਨਾਜ਼ਰੇ ਕੀਏ ਡੈਰੀਓ ਸੇ ਮੁਨਾਜ਼ਰੇ ਕੀਏ ਜੋ ਅੱਲਾਹ ਕੇ ਵਜੂਦ ਕੇ ਇਨਕਾਰੀ ਹੈ ਹਜ਼ਰਤ ਆਪਨੇ ਅੱਲਾਹ ਕੇ ਵਜੂਦ ਪੇ 360 ਦਲਾਇਲ ਤਿਆਰ ਕਰ ਰੱਖੇ ਥੇ ਜਿਸ ਪੇ ਆਪ ਮੁਨਾਜ਼ਰਾ ਕੀਆ ਕਰਤੇ ਥੇ ਦੇਖਿਆ ਜਬ ਹਜ਼ਰਤ ਕੀ ਜਾਨ ਕੁਨੀ ਕਾ ਵਕਤ ਆਇਆ ਨਾ ਸ਼ੈਤਾਨ ਆ ਗਿਆ ਇਮਾਨ ਛੀਨਨੇ ਹਜ਼ਰਤ ਆਗੇ ਕਹਤਾ ਫਖਰੁਦੀਨ ਰਾਜ਼ੀ ਤੋਂ ਕਹਤਾ ਅੱਲਾਹ ਹੈ ਦੇ ਦਲੀਲ ਅੱਲਾਹ ਹੈ ਆਪਨੇ ਦਲੀਲ ਦੀ ਉਸਨੇ ਰੱਦ ਕੀ ਦੂਸਰੀ ਰੱਦ ਤੀਸਰੀ ਰੱਦ ਚੌਥੀ ਰੱਦ ਪੰਜਵੀਂ ਰੱਦ
360 دلیل نے ایک ایک کر کے رد کرتا رہا, ایک دلیل رہ گئی. امام فخر الدین رازی بھی پریشان, اگر یہ دلیل گئی تو وجود گیا, اگر وجود گیا تو میرا ایمان گیا. اب وہ کہہ رہا دو دلیل رازی, جو تیرے پاس آخری دلیل رہ گئی ہے رب کے وجود پہ, دے مجھے دلیل. وہ بھی فخر الدین رازی پریشان, وہاں امام نجم الدین کبرا دیکھ رہے ہیں کہ مرید پھنس گیا ہوا ہے, دیکھ رہے ہیں. آپ وضو فرما رہے تھے, آپ نے ہاتھ میں پانی لے کے نا پہلے آپ نے فخر الدین رازی کی طرف پانی پھینکا, پانی آ کے حضرت امام فخر الدین رازی کے چہرے پہ گرا, پر شیطان کے اثر سے باہر آئے. ساتھ ہی آپ نے پکار کے کہا, آپ نے فرمایا اس کو کہہ میں بغیر دلیل کے اللہ کو اللہ مانتا ہوں. حضرت جی مجھے پھر دسو پھر 2022 والے ساڈا کی بنے گا, تو فکر ہی نہیں کوئی ہے ہی نہیں. نکل گیا یہ سارا کچھ ہی میرے سٹیجوں سے, حضرت میرے سٹیجوں پہ میاں عشق کر آ. بلکہ کیا ہے حضرت صاحب, ہوں تو ساڈے سٹیجوں پہ اے پڑھیا جا رہے ہیں, مینو روز حشر دا ڈرنا. گل نہیں موقع ساری, اسی بھی سارے بیٹھے دے ہیں, کوئی نہیں روکتا انہوں, تو کی کہن دے ہیں. میں اس دن نا بندے نے کہا نہیں حضرت صاحب آپ آدھا پڑھتے ہیں, ہم پورا پڑھیں اس کو. میں جی چل تو پورا پڑھ, تو پورا پڑھ. نہیں جی اگے ہے بھی یہ میری بلیاں دے ہاتھ لجوے. میں حضرت جی مجھے یہ بتاؤ تیرا ایمان صدیق اکبر نال بہتا ہے, تو جناب عمر فاروق نال بڑا مومن ہے. جب وہ تھے تو قرآن کیا کہتا ہے, وما ادراک ما یوم الدین. جب وہ تھے تو قرآن کہتا ہے ثم ما ادراک ما یوم الدین. انہوں نے نہیں کیا یا رسول اللہ ساڑی تے تڑے ہاتھ لاجے تے قرآن کی کہن دیا رہا ہے. نہیں حضرت جی, خدا دا واسطہ تربیت والا معاملہ لیا, تربیت والا معاملہ بے تباہ ہو گیا سارا کچھ. یہ تربیت ہے. بہرحال تلاش اس کو نہ کر بتوں میں, تلاش اس کو نہ کر بتوں میں, وہ ہے بدلتی ہوئی رتوں میں, جو دن کو رات اور رات کو دن بنا رہا ہے وہی خدا ہے, وہی خدا ہے. پھر اگر کسی اور بابے نے کمال لکھا, وہ کیا کہتے ہیں, کہتے ہیں ٹہنی ٹہنی تیری تخلیق کے گنگاتی ہے, ڈوڈی سر سبز پتے سرخ, ٹہنی